अपनी गलती मनो जो पीर ने इस गीत सारा पंजाब का दर्द बयान करता सारा पंजाब का दर्द बयान करता हजम नहीं हो रही जेड़ी तो गल भाजपा के सेंटर की हक की मीडिया करता है जो सानू अतवादी कहना सारा मीडिया उन्होंने तो यह कोई बैन नहीं करते मैनू कोई गाली दिंदा या मैनू कोई अतवादी कहिंदा है मैनू देश का कानून देश का संविधान अधिकार दिंदा उहदे खिलाफ कार्रवाई करने की जिहड़ा कलाकार साडे पंजाब की गल करता है साडे अपनी अपनी कौम की गल करता उहदे उपर यह बैन लाने ने इस गल दा जवाब दिओ जी ठीक है गजेंद्र फोगाट के पास सेंड लिया सब कुछ करने सेंड लिया बिल्कुल हां सिद्धू साहब बोलो बाना सिद्धू जी बोलो आप डिबेट दा बस आप क्लोज कर लगे कमेंट दियो हां की कहना चाहंदे मैं लास्ट कमेंट करना मैं लास्ट जनता पार्टी ने बहुत तकलीफ है जेड़ी ता गल भाजपा दे सेंटर दी हक दी मीडिया करदा है जदों सानू अतवादी कहंदा सारा मीडिया उहनां नूं तां कोई बैन नहीं करदे हुण तक साडे सिखां नूं अतवादी कहिंदा क्योंकि अमृतसर दे विच कोई सिखां दा वैसे ही कोई प्रोग्राम हुंदा तां उह कहिंदे ने अतवादियां दा प्रोग्राम है जिहड़ा मीडिया साडनूं अतवादी कहिंदा उहदे उप्पर क्यों नहीं बैन लगा जांदा जिहड़ा कलाकार इस भाजपा दी सेंटर दी बोली बोलदा उहदे उप्पर क्यों नहीं बैन लगा जांदा जिहड़ी मूवी सब तों वड्डी उदाहरण है उस मूवी दे उप्पर इहनां ने बैन तां की लाउणा इहनां ने अपने लोक भाजपा दे जाल जा के सिनेमां दे विच आम लोकां नूं मूवी दिखा के लै के आए ने जिहड़ा कलाकार साडे पंजाब दी गल करदा है ਸਾਡੇ ਆਪਣੀ ਆਪਣੀ ਕੌਮ ਦੀ ਗੱਲ ਕਰਦਾ ਉਹਦੇ ਉੱਪਰ ਇਹ ਬੈਨ ਲਾਉਂਦੇ ਨੇ ਇਹ ਮੈਨੂੰ ਦੱਸੋ ਵੀ ਇਹਨਾਂ ਦੇ ਉੱਪਰ ਬੈਨ ਕਿਉਂ ਨਹੀਂ ਲਾਇਆ ਤਾਂ ਸਾਡੇ ਉੱਪਰ ਕਿਉਂ ਬੈਨ ਲਾਉਂਦੇ ਨੇ ਸਾਡੇ ਮੀਡੀਆ ਉੱਪਰ ਬੈਨ ਲਾਇਆ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਉੱਪਰ ਬੈਨ ਲਾਇਆ ਤਾਂ ਸਾਡੇ ਕਲਾਕਾਰਾਂ ਉੱਪਰ ਬੈਨ ਲਾਇਆ ਇਹ ਇਸ ਗੱਲ ਦਾ ਜਵਾਬ ਦਿਓ ਗ੍ਰਿਫਤਾਰ ਵੀ ਕੀਤੇ ਨੇ ਇਹਨਾਂ ਨੇ ਪੱਤਰਕਾਰ ਕਲਾਕਾਰ ਗ੍ਰਿਫਤਾਰ ਵੀ ਕੀਤੇ ਨੇ ਇਹਨਾਂ ਨੇ ਦੱਸੋ ਸੰਡਲੇ ਸਾਹਿਬ ਆਵਾਜ਼ ਆ ਰਹੀ ਹੈ ਸੰਡਲੇ ਸਾਹਿਬ ਕੋਲ ਬੈਨ ਲਾਇਆ ਸੰਡਲੇ ਸਾਹਿਬ ਜਿਹੜਾ ਮੀਡੀਆ ਉੱਪਰ ਕਿਉਂ ਬੈਨ ਲਾਇਆ ਸਾਡੇ ਜਿੰਨੇ ਪੱਤਰਕਾਰ ਸੀਗੇ ਅੰਦੋਲਨ ਦੇ ਵਿੱਚ ਸਾਡੇ ਪੰਜਾਬ ਦੀ ਗੱਲ ਕਰਦੇ ਸੀਗੇ ਸਾਰੇ ਦੇ ਸਾਰਿਆਂ ਨੂੰ ਦਿੱਲੀ ਦੇ ਵੱਲੋਂ ਨੋਟਿਸ ਆਏ ਨੇ ਦਿੱਲੀ ਜਾ ਕੇ ਪੇਸੀਆਂ ਭੁਗਤਦੇ ਰਹੇ ਨੇਗੇ ਕਿ ਤੁਸੀਂ ਗੱਲ ਕਰਦੇ ਹੋ ਜਿਹੜੇ ਤੁਹਾਡਾ ਨੇ ਅੱਤਵਾਦੀ ਸਾਨੂੰ ਕਿਹਾ ਉਹਨਾਂ ਉੱਪਰ ਕਿਸੇ ਉੱਪਰ ਬੈਨ ਨਹੀਂ ਲਾਇਆ ਆਪਾਂ ਜਵਾਬ ਵੀ ਲੈ ਲਿਆ ਪਹਿਲਾਂ ਸਿੱਧੂ ਜਵਾਬ ਲੈ ਛੱਡ ਲਿਆ ਛੱਡ ਲਿਆ ਸਾਹਿਬ ਸਾਡੇ ਸਾਹਿਬ ਜੀ ਲਿਬਰਟੀਜ਼ ਨੇ ਤੁਸੀਂ ਕੀ ਕਾਰਵਾਈ ਕੀਤੀ ਮੈਨੂੰ ਕੋਈ ਗਾਲੀ ਦਿੰਦਾ ਜਾਂ ਮੈਨੂੰ ਕੋਈ ਅੱਤਵਾਦੀ ਕਹਿੰਦਾ ਮੈਨੂੰ ਦੇਸ਼ ਦਾ ਕਾਨੂੰਨ ਦੇਸ਼ ਦਾ ਸੰਵਿਧਾਨ ਅਧਿਕਾਰ ਦਿੰਦਾ ਉਹਦੇ ਖਿਲਾਫ ਕਾਰਵਾਈ ਕਰਨੇ ਦੀ ਉਹਦੇ ਖਿਲਾਫ ਡੈਫਾਮੇਸ਼ਨ ਡਾਲਨੇ ਦੀ ਤੁਸੀਂ ਕੀ ਕਰ ਰਹੇ ਹੋ ਸਰ ਮੈਂ ਰਿਪੋਰਟ ਕੀਤੀ ਸੀ ਮੈਨੂੰ ਹੀ ਸੁੱਟ ਕੇ ਜੇਲ੍ਹ ਚ ਪਾਤਾ ਸੀਗਾ ਮੈਂ ਰਿਪੋਰਟ ਸੁਣਵਾਈ ਨਹੀਂ ਹੋਈ ਚੈਨਲਾਂ ਦੀ ਸਰ ਮੈਂ ਰਿਪੋਰਟ ਕੀਤੀ ਸੀ ਤੁਹਾਡੇ ਮੈਨੂੰ ਹੀ ਜੇਲ੍ਹ ਚ ਪਾਤਾ ਸੀਗਾ ਤਾਂ ਫਿਰ ਤੁਸੀਂ ਇਹ ਅੱਗੇ ਵੀ ਲੜਾਈ ਸੀ ਅੱਗੇ ਆ ਲੜ ਰਿਹਾ ਅਸੀਂ ਲੜ ਰਹੇ ਹਾਂ ਅਸੀਂ ਨਹੀਂ ਕਹਿ ਰਹੇ ਕਿ ਅਸੀਂ ਪਿੱਛੇ ਹਟ ਗਏ ਮੈਂ ਤਾਂ ਕਹਿ ਰਿਹਾ ਮੈਂ ਤਾਂ ਲੜ ਰਿਹਾ ਇੱਥੇ ਹੀ ਖੜਾ ਬਿਲਕੁਲ ਲੜ ਰਿਹਾ ਜਿਹੜਾ ਵੀ ਦੇਸ਼ ਨੂੰ ਗੁਜਰਾਤ ਦੇ ਚੀਫ ਮਿਨਿਸਟਰ ਨੂੰ 20 ਸਾਲ ਕੇ ਬਾਅਦ ਜਸਟਿਸ ਮਿਲਿਆ ਭਾਜੀ ਪ੍ਰਦੀਪ ਜੀ 20 ਸਾਲ ਬਾਅਦ ਦੇਸ਼ ਦੇ ਉਸ ਟਾਈਮ ਦੈਨ ਚੀਫ ਮਿਨਿਸਟਰ ਉਹਨਾਂ ਨੂੰ 20 ਸਾਲ ਬਾਅਦ ਜਸਟਿਸ ਮਿਲਿਆ ਉਹਨਾਂ ਨੇ ਤਾਂ ਖੁਦ ਉਹ ਤਾਂ ਖੁਦ ਸਟੇਟ ਦੇ ਹੈੱਡ ਸੀਗੇ ਜਦੋਂ ਉਹਨਾਂ ਦੇ ਸਟੇਟ 'ਚ ਦੰਗੇ ਹੋ ਰਹੇ ਆ